ਜੀ ਅਸੀਂ ਦਿਹਾੜੀ ਜਾ ਰਹੀਆਂ ਸੀ 4 ਜਣੀਆਂ ਆਟੋ 'ਚ ਬਹਿ ਕੇ, ਟੋਲ ਟੈਕਸ ਦੇ ਕੋਲ ਆ ਕੇ ਨਾ ਇੱਕ ਗੱਡੀ ਵਾਲਾ ਸੀ, ਕਾਲੇ ਜਿਹੇ ਰੰਗ ਦੀ ਗੱਡੀ ਸੀ, ਜਦੋਂ ਸਾਡੇ ਨੇੜੇ ਆ ਰਹੀ ਸੀ ਅਸੀਂ ਹੱਥ ਨਾਲ ਰੋਕਿਆ ਪਰ ਉਹ ਰੁਕਿਆ ਨਹੀਂ। ਹਾਂ, ਉਹਨੇ ਲਿਆ ਕੇ ਟੈਂਪੂ ਦੇ ਵਿੱਚ ਗੱਡੀ ਮਾਰੀ। ਹਾਂਜੀ, ਅਸੀਂ ਅੱਗੇ ਜਾ ਰਹੇ ਸੀ, ਸਾਡੇ ਪਿੱਛੇ ਨੂੰ ਆ ਰਿਹਾ ਸੀ। ਹਾਂਜੀ, ਉਹ ਵੀ ਇੱਧਰੋਂ ਹੀ ਆ ਰਿਹਾ ਸੀ ਅੰਮ੍ਰਿਤ ਸੰਭਰਾਲੇ ਕੰਨੀ। ਤੁਸੀਂ ਕਿੱਧਰੋਂ ਜਾ ਰਹੇ ਸੀ? ਅਸੀਂ ਟੂਰ ਪਲਾਜ਼ਾ ਕੰਨੀ। ਸਾਨੂੰ ਏਦਾਂ ਨੀ ਪਤਾ ਉਹਦੇ ਚ ਕੌਣ ਸੀ, ਅਸੀਂ ਹੱਥ ਦਿੱਤਾ ਪਰ ਉਹ ਰੁਕੇ। ਹਾਂ, ਬਹੁਤ ਤੇਜ਼ ਸੀ, ਅਸੀਂ ਤੇਜ਼ ਵੇਖ ਕੇ ਅਸੀਂ ਹੱਥ ਦਿੱਤਾ ਪਰ ਉਹ ਰੁਕੇ ਨੀ। ਉਹ ਬਾਹਰ ਨਿਕਲ ਕੇ ਮਿਲਿਆ ਫਿਰ ਜਦ ਵੇ ਜੀ? ਨਹੀਂ ਨਹੀਂ ਉਹਦਾ ਵੀ ਨੁਕਸਾਨ ਹੋਇਆ, ਗੱਡੀ ਟੁੱਟ ਗਈ ਸਾਰੀ, ਬਹੁਤ ਤੇਜ਼ ਸੀ ਗੱਡੀ। ਮੌਕੇ ਤੇ ਪੁਲਿਸ ਪਹੁੰਚੀ? ਹਾਂਜੀ ਜੀ, ਹੋਸ਼ ਨਹੀਂ ਸੀ ਮੈਨੂੰ। ਤੁਹਾਨੂੰ ਕੌਣ ਲੈ ਕੇ ਆਇਆ ਜੀ? ਸਾਡੇ ਪਿੰਡ ਦੇ ਸੀ, ਕੁਝ ਹੋਰ ਬੰਦੇ ਸੀ। ਹਾਂਜੀ, ਸਵੇਰੇ ਤੜਕੇ ਸਾਡੇ ਮਹੱਲੇ ਦੀਆਂ ਨਾ 4 ਜਨਾਨੀਆਂ ਜਾ ਰਹੀਆਂ ਸੀ ਦਿਹਾੜੀ ਤੇ, ਤੇ ਕਲਾਲ ਟੂਲ ਪਲਾਜ਼ਾ ਦੇ ਉਰਲੇ ਪਾਸੇ ਇੱਕ ਕਾਰ ਵਾਲਾ ਸੀਗਾ, ਉਹਦੇ ਉਹਨੇ ਵਿੱਚ ਮਾਰਿਆ ਤੇ ਕਾਫੀ ਸੱਟਾਂ ਲੱਗੀਆਂ ਨੇ ਸਾਡੇ ਬੁੜੀਆਂ ਦੇ, ਤੇ ਸੀਰੀਅਸ ਨੇ ਤੇ ਇੱਕ ਦੋ ਦੇ ਤਾਂ ਮੋਢੇ ਦੇ ਟੁੱਟ ਗਏ ਜੀ, ਹੋਰ ਸਿਰ ਤੇ ਸੱਟਾਂ ਲੱਗੀਆਂ ਨੇ, ਤੇ ਬਾਅਦ 'ਚ ਹੀ ਪਤਾ ਲੱਗਿਆ ਵੀ 8-10 ਬੰਦੇ ਫੈਕਟਰੀ ਦੇ ਵੀ ਨੇ, ਉਹ ਕਟਾਣੀ ਦਾਖਲ ਨੇ ਤੇ ਇੱਕ 40 'ਚ ਲੈ ਗਏ ਨੇ। ਟੈਂਪੂ 'ਚ ਕਿੰਨੇ ਜਾਣਾ ਸੀ? ਸੀਗੇ ਜੀ, ਟੋਟਲ ਸੀਗੇ ਇਹ 12-13 ਬੰਦੇ। ਤੇ ਕਿੱਥੇ ਜਾ ਰਹੇ ਸੀਗੇ? ਇਹ ਦਿਹਾੜੀ ਤੇ ਜਾ ਰਹੇ ਸੀਗੇ ਬੁੜੀਆਂ, ਤੇ ਟੈਂਪੂ ਜਾ ਰਿਹਾ ਸੀ ਉਹ ਦਰਾਹੇ ਵਾਲਾ ਸਵਾਰੀਆਂ ਵਾਲਾ ਟੈਂਪੂ ਆ। ਤੇ ਜਿਹੜੀ ਗੱਡੀ ਆਈ ਆ ਕਿੱਧਰੋਂ ਆ ਰਹੀ ਹੈ? ਇਹ ਲੁਧਿਆਣੇ ਚੰਡੀਗੜ੍ਹ ਤੋਂ ਆ ਰਹੀ ਸੀ, ਲੁਧਿਆਣੇ ਨੂੰ ਜਾ ਰਹੀ ਸੀ ਜੀ। ਪਤਾ ਲੱਗਾ ਕਿੰਨੇ ਜਣੇ ਸਵਾਰ ਸੀ ਗੱਡੀ? ਨਹੀਂ ਜੀ, ਇੰਨਾ ਨਹੀਂ ਪਤਾ ਲੱਗਿਆ, ਇੱਕ ਬੰਦਾ ਸੀਗਾ ਉਹ ਇੱਥੇ ਮੁਲਾਜ਼ਮ ਲੈ ਕੇ ਵੀ ਆਇਆ ਸੀ ਉਹਨੂੰ, ਤੇ ਉਹਦੇ ਉਹ ਦਵਾਈ ਦੁਈ ਲੈ ਕੇ ਉਹ ਪਤਾ ਨਹੀਂ ਫਿਲਹਾਲ ਚਲੇ ਗਿਆ। ਕਾਰਨ ਗੱਡੀ ਬਹੁਤ ਤੇਜ਼ ਸੀਗੀ ਜੀ, 120 ਦੀ ਸਪੀਡ ਤੇ ਫਸੀ ਹੋਈ ਆ, ਲੋਕ ਦੱਸਦੇ ਆ ਵੀ 100 ਘੱਟ ਤੋਂ ਘੱਟ ਵੀ 140-150 ਤੇ ਸੀਗੀ। ਕੁਛ ਪਤਾ ਨਾ ਕਿੱਥੇ ਦਾ ਬੰਦਾ ਸੀਗਾ? ਲੁਧਿਆਣੇ ਦਾ ਦੱਸ ਰਿਹਾ ਜੀ। ਤੇ ਜਿਹੜੇ ਸੱਟਣ ਹੋਏ ਉਹਨਾਂ 'ਚ ਕੋਈ ਸੀਰੀਅਸ ਨਹੀਂ? ਸੀਰੀਅਸ ਨਹੀਂ ਹੈਗੇ ਜੀ, ਇਹਨੇ ਸੱਟਾਂ ਕਾਫੀ ਲੱਗੀਆਂ ਨੇ ਉਹਨਾਂ ਦੀਆਂ। ਕੋਈ ਰੈਫਰ ਵੀ ਕੀਤਾ? ਨਹੀਂ, ਰੈਫਰ ਨਹੀਂ ਅਜੇ ਫਿਲਹਾਲ ਕੀਤਾ ਕੋਈ, ਅਜੇ ਡਾਕਟਰ ਦੱਸਦੇ ਆ, ਫਿਰ ਦਵਾਈ ਦੁਈ ਦਿੱਤੀ, ਐਕਸਰੇ ਕਰਾਏ ਆ, ਤੇ ਅਜੇ ਉਹਨਾਂ ਦੱਸਦੇ ਆ ਵੀ ਅਜੇ ਰੁਕੋ, ਅਜੇ ਘੰਟਾ ਕੁ ਫਿਰ ਦੱਸ। ਐਕਸੀਡੈਂਟ ਕੇਸ ਆਇਆ, ਕਿੰਨੇ ਪੇਸ਼ੈਂਟ ਸੀ, ਕੀ ਘਟਨਾ ਸੀ? ਇਹ ਸਾਡੇ ਕੋਲ ਤਕਰੀਬਨ ਸਵੇਰੇ 9:15 ਐਕਸੀਡੈਂਟ ਕੇਸ ਆਇਆ, ਜਿਹਦੇ 'ਚ 5 ਜਣੇ ਸੀਗੇ, ਜਿਹੜਾ ਦੱਸਿਆ ਗਿਆ ਸਾਨੂੰ ਉਹ ਆਟੋ 'ਚ ਸੀਗੇ, ਉਹਦਾ ਕਲੈਪਸਡ ਹੋਇਆ ਵਾ ਕਿਸੇ ਕਾਰ ਦੇ ਨਾਲ। ਠੀਕ ਹੈ, 5 ਪੇਸ਼ੈਂਟ ਸੀ, ਜਿਹਨਾਂ ਵਿੱਚੋਂ 4 ਫੀਮੇਲ ਸੀਗੀਆਂ, 1 ਬਜ਼ੁਰਗ ਸੀਗੇ। ਉਹਨਾਂ ਵਿੱਚੋਂ ਇੱਕ ਜਿਹੜੀ ਪੇਸ਼ੈਂਟ ਹੈਗੀ ਆ ਨਿੰਮੋ ਰਾਣੀ, ਉਹਦੇ ਸਾਨੂੰ ਡਾਊਟ ਹੈ ਕਿ ਹੈਡ ਇੰਜਰੀ ਹੈਗੀ ਆ, ਇੰਟਰਨਲ ਚੇਂਜਿਸ ਹੈਗੇ ਬ੍ਰੇਨ ਦੇ ਵਿੱਚ, ਡਾਊਟ ਹੈ ਸਾਨੂੰ ਉਹਦੀ। ਅਸੀਂ ਸਿਟੀ ਸਕੈਨ ਬ੍ਰੇਨ ਵਾਸਤੇ ਉਹਨਾਂ ਨੂੰ ਸਾਡੇ ਸਰਕਾਰੀ ਹੋਸਪਿਟਲ, ਡਿਸਟ੍ਰਿਕਟ ਹੋਸਪਿਟਲ ਲੁਧਿਆਣਾ ਭੇਜਿਆ ਵਾ। ਬਾਕੀ ਜਿਹੜੇ ਪੇਸ਼ੈਂਟ ਹੈ 2, ਉਹਨਾਂ ਦੇ ਅਸੀਂ ਐਕਸਰੇ ਉਰੇ ਕਰਵਾ ਲਏ ਆ, ਉਹਨਾਂ ਦਾ ਟ੍ਰੀਟਮੈਂਟ ਸ਼ੁਰੂ ਕਰਤਾ ਵਾ। ਉਹਨਾਂ 'ਚੋਂ 2 ਪੇਸ਼ੈਂਟ ਦੀ ਜਿਹੜੀ ਕੋਲਰ ਬੋਨ ਆ ਉਹ ਫ੍ਰੈਕਚਰ ਹੈ, ਸਾਡੇ ਜਿਹੜੇ ਹੱਡੀਆਂ ਦੇ ਮਾਹਿਰ ਡਾਕਟਰ ਨੇ ਉਹ ਦੇਖ ਗਏ ਨੇ ਵੀ ਉਹਨਾਂ ਦਾ ਫਰਦਰ ਜੋ ਟ੍ਰੀਟਮੈਂਟ ਆ ਸ਼ੁਰੂ ਹੋ ਗਿਆ। ਬਾਬਾ ਜੀ ਦੇ ਐਕਸਰੇ ਡਾਕਟਰ ਸਾਹਿਬ ਨੇ ਦੇਖ ਲਏ ਆ, ਉਹ ਉਹਨਾਂ ਦੇ ਨੋਰਮਲ ਹੈ, ਤੇ ਉਹਦੇ ਲਈ ਉਹਨਾਂ ਨੂੰ ਤਾਂ ਬਸ ਮੈਡੀਸਨ ਦੇ ਕੇ ਅਸੀਂ ਘਰੇ ਭੇਜਤਾ ਵਾ। ਜਿਹੜੇ 5 ਪੇਸ਼ੈਂਟ ਆ, ਕਿੰਨੇ ਫੀਮੇਲ ਆ, ਕਿੰਨੇ ਮੇਲ ਨੇ? ਇਹੋ 1 ਬਜ਼ੁਰਗ ਬਾਬਾ ਜੀ ਨੇ, 4 ਫੀਮੇਲ ਸੀਗੀਆਂ ਜਿਨ੍ਹਾਂ ਦੀ ਉਮਰ 35-45 ਸਾਲ ਦੇ ਵਿੱਚ ਸੀਗੀ। ਬਾਬਾ ਜੀ ਦੀ ਕਿੰਨੀ ਉਮਰ ਹੈ? ਬਾਬਾ ਜੀ ਦੀ 56 ਈਅਰ ਓਲਡ ਹੈ। ਕਾਰਨ ਕੀ ਦੱਸਿਆ ਜੀ ਐਕਸੀਡੈਂਟ ਦਾ? ਇਹ ਇਹੀ ਦੱਸਿਆ ਕਿ ਆਟੋ ਵਿੱਚ ਸੀਗੇ ਇਹ, ਇਹਨਾਂ ਦਾ ਕਿਸੇ ਕਾਰ ਵਾਲੇ ਨਾਲ ਟੱਕਰ ਹੋਈ ਹੈ।
ਕਾਰ ਵਾਲੇ ਦੀ ਕੋਈ ਐਡਮਿਟ ਰਹੇ ਨਹੀਂ? ਉਹ ਸਾਡੇ ਕੋਲ ਨਹੀਂ ਆਏ, ਉਹ ਸ਼ਾਇਦ ਕਿਤੇ ਹੋਰ ਲੈ ਕੇ ਗਏ ਉਹਨਾਂ ਨੂੰ।